ਐਡੀ ਵੀ ਕੋਈ ਗੱਲ ਨਹੀਂ ਲੱਗੀ ਜਿੰਨਾ ਯਾਰ ਡਰਾਉਂਦੇ ਸੀ। ਵਿਆਹ ਕਰਕੇ ਪਛਤਾਏਗਾ ਐਵੇਂ ਰੌਲਾ ਪਾਉਂਦੇ ਸੀ। ਜਿਸ ਦਿਨ ਦਾ ਵੀ ਵਿਆਹ ਹੋਇਆ ਹੈ ਆਪਾਂ ਫੁੱਲ ਨਜ਼ਾਰੇ ਲੈਂਦੇ ਹਾਂ। ਉਹ ਜੋ ਮਰਜ਼ੀ ਆਖੀ ਜਾਵੇ ਆਪਾਂ ਹਾਂਜੀ ਹਾਂਜੀ ਕਹਿੰਦੇ ਹਾਂ। ਕੰਮ ਕਰਕੇ ਦੱਸ ਘੱਸਦਾ ਕੀ ਹੈ, ਨਾਲੇ ਆਪਣੇ ਘਰ 'ਚ ਕਾਹਦੀ ਸੰਗ ਹੈ। ਐਵੇਂ ਲੋਕੀ ਰੌਲਾ ਪਾਉਂਦੇ, ਅਖੇ ਵਿਆਹੇ ਬੰਦੇ ਦੀ ਜ਼ਿੰਦਗੀ ਤੰਗ ਹੈ। ਉਹਦੇ ਸੁੱਤਿਆਂ ਸੁੱਤਿਆਂ ਆਪਾਂ ਸਾਰੇ ਕੰਮ ਮੁਕਾ ਦਿੰਦੇ ਹਾਂ, ਦਸਾਂ ਮਿੰਟਾਂ ਵਿੱਚ ਚਾਹ ਬਣਾ ਕੇ ਘਰ ਵਾਲੀ ਨੂੰ ਉਠਾ ਦਿੰਦੇ ਹਾਂ। ਇੱਕ ਘੰਟੇ ਦੇ ਅੰਦਰ ਅੰਦਰ ਸਾਰੇ ਜਵਾਕ ਨਵਾ ਦਿੰਦੇ ਹਾਂ। ਕੰਮ 'ਤੇ ਜਾਣ ਤੋਂ ਪਹਿਲਾਂ ਪਹਿਲਾਂ ਚਾਰ ਪਰੌਂਠੇ ਲਾਹ ਦਿੰਦੇ ਹਾਂ। ਕੰਮ ਤੋਂ ਆ ਕੇ ਸ਼ਾਮ ਨੂੰ ਵਾਪਸ ਆਪਾਂ ਹੱਥ ਵਟਾ ਦਿੰਦੇ ਹਾਂ। ਉਹ ਵੀ ਤਾਂ ਚੱਲ ਥੱਕੀ ਹੁੰਦੀ, ਆਪਾਂ ਰੋਟੀ ਬਣਾ ਦਿੰਦੇ ਹਾਂ। ਭਾਂਡੇ ਕਿਹੜਾ ਜ਼ਿਆਦਾ ਹੁੰਦੇ, ਐਵੇਂ ਉਹਨੂੰ ਕਹਿੰਦੇ ਰਹੀਏ। ਉਹਦੇ ਟੀਵੀ ਵਹਿੰਦਿਆਂ ਵਹਿੰਦਿਆਂ ਮਾਂਝ ਕੇ ਉਹਦੇ ਕੋਲ ਜਾ ਬਈਏ। ਲੀੜੇ ਕੱਪੜੇ ਦਾ ਕਾਹਦਾ ਕੰਮ ਹੈ, ਚੁੱਕ ਮਸ਼ੀਨ 'ਚ ਪਾ ਦਿੰਦੇ ਹਾਂ। ਐਵੇਂ ਵਿਹਲੇ ਤੁਰਦੇ ਫਿਰਦੇ ਧੁੱਪੇ ਪਾ ਸੁਕਾ ਦਿੰਦੇ ਹਾਂ। ਛੁੱਟੀ ਵਾਲੇ ਦਿਨ ਦਾ ਸਿਆਪਾਂ ਵਿਹਲਿਆਂ ਨੇ ਕੀ ਕਰਨਾ ਹੁੰਦਾ, ਸਾਫ਼ ਸਫਾਈ ਕਰ ਦਿੰਦੇ ਹਾਂ। ਉਂਝ ਵੀ ਤਾਂ ਲੜਨਾ ਹੀ ਹੁੰਦਾ, ਪੈਸੇ ਟਕੇ ਦੀ ਟੈਨਸ਼ਨ ਕੋਈ ਨਹੀਂ, ਘਰ ਵਾਲੀ ਤੋਂ ਫੜ ਲੈਂਦੇ ਹਾਂ। ਇੱਕ ਵਾਰੀ ਤਨਖਾਹ ਲਿਆ ਕੇ ਉਹਦੇ ਹੱਥ 'ਤੇ ਧਰ ਦਿੰਦੇ ਹਾਂ। ਸਬਜ਼ੀ ਭਾਜੀ ਕੱਟ ਦਿੰਦੇ ਹਾਂ, ਮਿਰਚ ਮਸਾਲੇ ਕੁੱਟ ਦਿੰਦੇ ਹਾਂ। ਰਾਤੀ ਸੌਣ ਤੋਂ ਪਹਿਲਾਂ ਇੱਕ ਵਾਰ ਲੱਤਾਂ ਉਹਦੀਆਂ ਕੁੱਟ ਦਿੰਦੇ ਹਾਂ। ਬਹੁਤਾ ਰੌਲਾ ਪਾਉਣ ਦੇ ਨਾਲੋਂ ਰਹਿਣ ਦੇ ਪਰਦੇ ਹੇਠਾਂ ਦੱਬੀ ਆਪਾਂ ਨੇ ਤੇ ਵੇਖ ਲਿਆ ਸਾਰਾ। ਐਡੀ ਵੀ ਕੋਈ ਗੱਲ ਨਹੀਂ ਲੱਗੀ, ਐਡੀ ਵੀ ਕੋਈ ਗੱਲ ਨਹੀਂ ਲੱਗੀ ਜਿੰਨਾ ਯਾਰ ਡਰਾਉਂਦੇ ਸੀ, ਓਕੇ ਵਿਆਹ ਕਰਕੇ ਪਛਤਾਏਗਾ ਐਵੇਂ ਰੌਲਾ ਪਾਉਂਦੇ ਸੀ।